بالله العلي العظيم إياك نعبد وإياك نستعين برحمتك يا أرحم الراحمين. صلوات پڑھو. آ جو جڑا ہم باہر نہ اندر آ جاؤ, مجلس شروع ہو جائے. اللهم كل وليك الحجة ابن الحسن صلواتك عليه وعلى آبائه في هذه الساعة وفي كل ساعة وليا وحافظا وقائدا وناصرا ودليلا معنا حتى تسكنه وارزقه طوعا وتمتعه فيها طويلا. يا رب صل على محمد وآل محمد. صلوات پڑھو. نعرہ تکبیر. بہت سارے دو نا, ادھر غور کرو نا. نعرہ تکبیر. نعرہ رسالت. نعرہ حیدری. پھر بھی نعرہ حیدری. اہل بیت دے دشمناں تے لعنت. پھر بھی اہل بیت دے دشمناں تے لعنت. درود پاک پڑھ لو. اللہم صلی علی محمد و آل محمد. یا اللہ, تسیں پڑھنا جی ہونا تیاری جی نا. یا اللہ, تنو واسطہ ہے تے اے پنج تن پاک دے گھر دا ساڈے رومن کو منظور کری تھی راج پیو اکبر دا. تنو واسطہ ہے او
ਤਾਰੀਫ ਕਰੀ ਦੇ ਰਾਤ ਰੁਨੇ ਸ਼ਾਮ ਸਫ਼ਰ ਦਾ ਅਜ਼ੋ ਜਲ ਸਰ ਹਰ ਦੁਖੀਆ ਮੁਲਤਰ ਦਾ ਬੇਜਟਾਂ ਸਾਡੇ ਬਾਰ ਮੈਂ ਕੂ ਦਿਲਾਰ ਵੇਲੇ ਸ਼ਾਮਲਾਰ ਵਕਤ ਰੋਂਦੇ ਕਿਉਂ ਖੂਨ ਦੇ ਅੱਥਰੋਂ ਕਿਉਂ ਵਹਾਉਂਦੇ ਹੋ ਸਰਫਾਰ ਫਰਮਾਇਆ ਮੈਂ ਜੈ ਤਾਈ ਜਿੰਦਾ ਅੱਖੀਆਂ ਤੂੰ ਪਿਆ ਹੋਣਾ ਤਾਦਾ ਜਦ ਕੁਲ ਗੈਰਤ ਬਾਦਾਰ ਗਈ ਮੇਰੇ ਜਿਗਰ ਦਾ ਕਰ ਅੰਦਾਜ਼ਾ ਜਿਹੜੇ ਤੁਰ ਨਹੀਂ ਸਕਦੇ ਉਹ ਤੁਰਦੀ ਰਹੀਏ ਕਿਵੇਂ ਪੈਰ ਪਿਆਦਾ ਸ਼ੁਰੂਆਤ ਪੜ੍ਹ ਲਓ ਲੋ ਫਿਰ ਵੀ ਦਰੂਦ ਪਾਕ ਪੜ੍ਹ ਲਓ ਲਾਮਾ ਸਲਿਆਲਾ ਮੁਹੰਮਦ ਵਾਲੇ ਮੁਹੰਮਦ ਨਾਰਾਇਣ ਤਕਬੀਰ ਨਾਰਾਇਣ ਰਸਾਲਤ ਨਾਰਾਇਣ ਹਾਲੀ ਦੁਆਏ ਜਿਤੇ ਖੁਦਾ ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਮਾ ਕੁਲ ਬਲੀਏ ਕਾਲ ਹੁਜਤ ਬਿਨ ਹਸਨ ਸਲਾਮ ਸਲਵਾਤੋ ਕਾ ਅਲੈਹੇ ਵਾ ਅਲਾ ਅਵਾਏ ਫੀ ਆਜ਼ ਸਾਤ ਵਾ ਫੀ ਕੁੱਲੇ ਸਾਤ ਮਿਨ ਸਾਤ ਲਨਹਾਰ ਵਲੀਜਮ ਵ ਹਾਫਿਜ਼ਮ ਵ ਕਾਇਦਮ ਵ ਨਾਸਿਰਮ ਬਦਰੀਲਮ ਵ ਐਨਨ ਹੱਤਾ ਤੁਸਕਿਨਹੂ ਅਰਜ਼ਕਾ ਤੋ ਅੰਵਤ ਮਤਿਆ ਫੀਹਾ ਤਵੀਲਾ ਯਾਰ ਬਲ ਹੁਸੈਨ ਬਹਿਕੇ ਦਮਲ ਹੁਸੈਨ ਇਸ਼ਫੇ ਸਦਰਲ ਹੁਸੈਨ ਬੇ ਜ਼ਹੂਰਲ ਹੁਜਤਿਲ ਕਾਇਮੇ ਆਲੇ ਮੁਹੰਮਦ ਬਿਸਮਿਲ੍ਲਾ ਰਹਿਮਾਨ ਰਹੀਮ ਯਾ ਕਾਸ਼ਫਲ ਕਰਬੇ ਅਨਵਾਜਲ ਹੁਸੈਨ ਲੈ ਸਲਾਮ ਇੱਕ ਸਿਫ ਕਰਬੀ ਵ ਕਰਬਲ ਮੋਮਨੀ ਨਾ ਬਿਹਕੇ ਅਹੀ ਕਲ ਹੁਸੈਨ ਲੈ ਸਲਾਮ ਬਿਸਮਿਲ੍ਲਾ ਰਹਿਮਾਨ ਰਹੀਮ ਨਾ ਦੇਲਜਨ ਮਜ਼ਰ ਅਲਾ ਜੈਬਤਾ ਜਿਦੋਨ ਅੱਲਾ ਕਫਿਨ ਵੈ ਕੁੱਲੋ ਅਮਿਨ ਮਗਮਿਨ ਸਜਨ ਜਲੀ ਬੇ ਅਜ਼ਮਤ ਕਯਾ ਅੱਲਾ ਹੋ ਬੇ ਨਬੂਵਤ ਕਯਾ ਮੁਹੰਮਦ ਬੇਬਲਾਏ ਤੇ ਕਯਾ ਅਲੀ ਯਾ ਅਲੀ ਯਾ ਅਲੀ ਅਦਰਿਕਨੀ ਫੀ ਸਬੀਲਿਲ੍ਲਾ ਅੱਲਾਮਾ ਸਲ ਅਲਾ ਮੁਹੰਮਦ ਵ ਆਲ ਮੁਹੰਮਦ ਮੇਰੇ ਲਾ ਸਦਕਾ ਮੁਹੰਮਦ ਆਲ ਮੁਹੰਮਦ ਦਾ ਮਜਲਸ ਪਾਕ ਕਬੂਲ ਅਤੇ ਮਨਜ਼ੂਰ ਫਰਮਾ ਬਣ ਜਾਣ ਦਾ ਖਰਚ ਅਖਰਾਜਾਤ ਲੰਗਰ ਨਿਆਜ਼ ਪਾਕ ਸੈਨ ਦੇ ਪੁੱਤਰਾਂ ਦੀ ਸਫੇ ਮਾਤਮ ਵਿੱਚ ਆਈ
ਜ਼ਾਕਰੀਨ ਦੀ ਬੜਾਈ, ਤੁਹਾਡਾ ਟੁਰ ਆਇਆ, ਜ਼ਾਕਰੀਨ ਦੀ ਨੌਕਰੀ ਆਪਣੀ ਬਾਰਗਾਹ ਕਬੂਲ ਅਤੇ ਮਨਜ਼ੂਰ ਫਰਮਾ। ਮੇਰੇ ਮਾਲਕ, ਮੇਰੇ ਖਾਲਕ, ਇਸ ਨਗਰੀ ਨੂੰ ਹਮੇਸ਼ਾ ਸ਼ਾਦੋ ਆਬਾਦ ਫਰਮਾ, ਸਜਦਾਂ ਦੀ ਜ਼ਿੰਦਗੀ ਦਰਾਜ਼ ਫਰਮਾ। ਇਹ ਜਿਤਨੇ ਬੈਠੇ ਨੇ ਜਾਂ ਇਹਨਾਂ ਦੇ ਦੁਨੀਆ ਤੋਂ ਚਲੇ ਗਏ ਨੇ, ਮੇਰੇ ਅੱਲਾਹ ਸਭ ਦੇ ਸਗੀਰਾ ਕਬੀਰਾ ਗੁਨਾਹ ਮਾਫ਼ ਫਰਮਾ, ਹਾਜ਼ਰੀਨ ਦੇ ਵੀ ਗੁਨਾਹ ਮਾਫ਼ ਫਰਮਾ, ਇਹਨਾਂ ਨੂੰ ਸਿਹਤ ਕਾਮਲਾ ਆਜਲਾ ਅਤਾ ਫਰਮਾ, ਇਹਨਾਂ ਨੂੰ ਆਪਸ 'ਚ ਮੁਹੱਬਤ ਕਰਨ ਦੀ ਤਫੀਕ ਅਤਾ ਫਰਮਾ। ਅੱਲਾ ਉਮਾ ਸੱਲੇ ਅਲਾ ਮੁਹੰਮਦ ਇਬ ਆਲੇ ਮੁਹੰਮਦ ਸਲਵਾਤ ਸਾਰੇ ਸਾਹਿਬ। ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ। ਬਾਵਾਜ਼ੇ ਬੁਲੰਦ ਸਲਵਾਤ, ਮੌਲਾ ਇਮਾਮ ਜਾਫਰ ਸਾਦਿਕ ਅਲੈਹਿ ਸਲਾਮ ਦਾ ਫਰਮਾਨ ਹੈ, ਜਿਹੜਾ ਬੰਦਾ ਖਲੂਸੇ ਨੀਅਤ ਨਾਲ 5:30-12:14 'ਤੇ ਦਰੂਦ ਭੇਜਦਾ ਹੈ, ਅੱਲਾ ਉਸ ਦੇ ਰਿਜ਼ਕ ਵਿੱਚ ਕਮੀ ਨਹੀਂ ਕਰਦਾ। ਨਾਰਾਏ ਤਕਬੀਰ, ਹਾਲਕ ਦਾ ਨਾਮ ਬੁਲਾਉਂਦੇ ਉੱਚੀ ਗਵਾਈ ਦੇ ਦਿਓ, ਨਾਰਾਏ ਤਕਬੀਰ, ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਨਾਰਾਏ ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਅਲਵੈਦ ਦੇ ਦੁਸ਼ਮਣ ਤੇ ਲਾਨਤ। ਸਲਵਾਤ ਬਾਵਾਜ਼ੇ ਬੁਲੰਦ, ਅਲੀ ਵਾਲਾ ਦਮ ਦਮ ਅਲੀ ਕੋ ਪੁਕਾਰੇ। ਤਵੱਜੋ ਹੈ ਸਾਰਿਆਂ ਦੀ? ਫਿਰ ਤੱਕੀ ਸ਼ਾਹ ਜੀ, ਅਲੀ ਵਾਲਾ ਦਮ ਦਮ ਅਲੀ ਕੋ ਪੁਕਾਰੇ, ਜਿਹੜਾ ਖਾਰਜੀ ਹੈ ਚੁੱਪ ਕਰ ਗੁਜ਼ਾਰੇ, ਹਲਾਲੀ ਕੋ ਨਾਰੇ ਦੀ ਦਾਵਤ ਖਾ ਦਿੰਦਾ, ਜਿਹੜਾ ਫਾਰਮੀ ਹੈ ਬੇਸ਼ੱਕ ਨਾ ਮਾਰੇ। أعوذ بالله من الشيطان الرجيم بسم الله الرحمن الرحيم الصلوات الحمد لله ਕਲੁ ਬਨਾ ਮੁਸਾਏ ਬਿਲ ਹੁਸੈਨ ਸਲਵਾ। ਅਸਲਾ ਵਸਲਾਮ ਅਲਾ اشرف الانبیاء والمرسلین نبی دی ذات صلوات اللہ علیہ وسلم الذی
ਵੇਸ਼ਾਨ ਵਮਾਰ ਸਲਾਗਾ ਇਲਾ ਲਾਲਮੀਨ ਸਲਵਾ ਇੱਕ ਦੁਆ ਮੰਗਣ ਲਗਾ ਸਾਰੇ ਹੱਥ ਚੋ ਆਮੀਨ ਸਾਰੇ ਆਖ ਦਿਓ ਆਦਾ ਪਿਆ ਅਲਵਾਸ ਤੇ ਸੈਣ ਦੀ ਚਾਦਰ ਦਾ ਸਾਰੇ ਆਮੀਨ ਆਖ ਦੁਆ ਮੰਗਣਾ ਚਾਹੁੰਦਾ ਓ ਅਲਵਾਸ ਤੇ ਸੈਣ ਦੀ ਚਾਦਰ ਦਾ ਸਾਡੀ ਘਰ ਮਨਜ਼ੂਰ ਦਵਾਚਾ ਆਵੇ ਬਾਰਮਾ ਲਾਲ ਵਲਾਇਤ ਦਾ ਸਾਡੀ ਅਸਰਤ ਆਪ ਮਿਟਾਚ ਕਿਹੜੀ ਅਸਰਤ ਆਦਾ ਪਿਆ ਹੋਵੇ ਫਿਰ ਸ਼ਾਦੀ ਅਲੀ ਅਕਬਰ ਦੀ ਏ ਉਜੜਿਆ ਘਰ ਵਸਾਚਾ ਬੰਨਣ ਗਾਨੇ ਬਹਿਣਾ ਆਏ ਵੀਰਾਂ ਕੋ ਸਾਡੀ ਪੂਰੀ ਕਰ ਮਨਸਾ ਸਲਵਾਤ ਪੜ੍ਹ ਲਓ ਫਿਰ ਵੀ ਮਜਲਿਸ ਦੀ ਕਬੂਲੀਅਤ ਵਾਸਤੇ ਬਾਬਾ ਜ਼ੇ ਬੁਲੰਦ ਸਲਵਾਤ ਇੱਕ ਮੌਲਾ ਅਮੀਰ ਕਾਸਮ ਦਾ ਬੈਨ ਪੜ੍ਹਨਾ ਚਾਹੁੰਦਾ ਮੇਰੇ ਇੰਤਹਾਈ ਵਾਜਬ ਇਤਰਾਮ ਸਾਦਾਤ ਗੈਰ ਸਾਦਾਤ ਮੌਲਾ ਅਸਨ ਲੈ ਸਲਾਮ ਦਾ ਆਖਰੀ ਟਾਈਮ ਵਕਤ ਆਇਆ ਸਾਰੇ ਆਪਣੇ ਬਿਹਰਾਵਾਂ ਨੂੰ ਭੈਣਾਂ ਨੂੰ ਇਕੱਠੀਆਂ ਕਰਕੇ ਮੌਲਾ ਅਸਨ ਲੈ ਸਲਾਮ ਨੇ ਵਸੀਅਤਾਂ ਕੀਤੀਆਂ ਜਿਹਦੇ ਵਿੱਚ ਸ਼ਾਹ ਜੀ ਇੱਕ ਇਹ ਵੀ ਵਸੀਅਤ ਕੀਤੀ ਇਮਾਮ ਅਸਨ ਲੈ ਸਲਾਮ ਨੇ ਮੌਲਾ ਹੁਸੈਨ ਨੂੰ ਫਰਮਾਇਆ ਹੁਸੈਨ ਵੀਰ ਜੀ ਅੰਮਾ ਦਾ ਜਾਇਆ ਮੇਰੇ ਤੋਂ ਬਾਅਦ ਮੇਰੀ ਇੱਕ ਵਸੀਅਤ ਯਾਦ ਰੱਖੇ ਮੌਲਾ ਫਰਮਾਇਆ ਕਿਹੜੀ ਵਸੀਅਤ ਮੌਲਾ ਫਰਮਾਇਆ ਮੇਰੇ ਕਾਸਮ ਨੂੰ ਸਿਹਰੇ ਜ਼ਰੂਰ ਪਾਵੇਂ ਮੇਰੇ ਕਾਸਮ ਨੂੰ ਸਿਹਰੇ ਜ਼ਰੂਰ ਪਾਵੇਂ ਲੰਬਾ ਨਾ ਥੀਵੇ ਵਕਤ ਆ ਗਿਆ ਮੌਲਾ ਹੁਸੈਨ ਅਲੈਹਿਸ ਸਲਾਮ ਨੇ ਕਾਸਮ ਨੂੰ ਦੁੱਲਾ ਬਣਾਇਆ ਕਾਸਮ ਨੂੰ ਸਿਹਰੇ ਪਾਏ ਕਾਸਮ ਨੂੰ ਮਹਿੰਦੀਆਂ ਫੁੱਫੀਆਂ ਲਾਈਆਂ ਗਾਨੇ ਬਹਿਣਾ ਬੱਧੇ ਇਸੇ ਦੇ ਜ਼ਿਮਨ ਵਿੱਚ ਮੈਂ ਬੈਨ ਪੜ੍ਹਨਾ ਚਾਹੁੰਦਾ ਇੱਕ ਸਲਵਾਤ ਬਾਬਾ ਜ਼ੇ ਬੁਲੰਦ ਜਿਨ੍ਹਾਂ ਵੇ ਕਾਸਮ ਦੁੱਲਾ ਬਣੇ ਨੇ ਤੇ ਮੰਜ਼ਰ ਕੀ ਬਣਿਆ ਆਸ਼ਮੇ ਮੰਗਾਂ
ਹਣ ਦਵਾਵਾ ਜਦੋਂ ਚੰਨ ਕਾਸਮ ਸੇਰਾ ਪਾਇਆ ਆਸ਼ਮੇ ਮੰਗਣ ਦਵਾਵਾ ਜਦੋਂ ਚੰਨ ਕਾਸਮ ਸੇਰਾ ਪਾਇਆ ਜਦੋਂ ਚੰਨ ਕਾਸਮ ਸੇਰਾ ਪਾਇਆ ਤਵਜੋ ਖੁਸ਼ੀਆਂ ਫੁੱਫੀਆਂ ਮਾਵਾ ਜਦੋਂ ਚੰਨ ਕਾਸਮ ਸੇਰਾ ਪਾਇਆ ਜਦੋਂ ਚੰਨ ਕਾਸਮ ਕਾਸਮ ਸੇਰਾ ਪਾਇਆ ਸ਼ਾਰਾ ਨੇ ਆਖਿਆ ਫਿਰ ਇਸੇ ਜੁਮਲੇ ਨੂੰ ਪੜ ਤਵੱਜੋ ਕਰਨੀ ਹੈ ਜਿਸ ਦਮ ਦੋਲਾ ਬਣਿਆ ਕਾਸਮ ਜਿਸ ਦਮ ਦੋਲਾ ਬਣਿਆ ਕਾਸਮ ਉਸਨੇ ਯੂਸਫ ਦਮ ਉਸਨੇ ਯੂਸਫ ਨੇਬੀ ਉਸੇ ਦਮ ਕੀਤੀਆਂ ਏਠ ਨਿਗਾਵਾ ਜਦੋਂ ਚੰਨ ਕਾਸਮ ਸੇਰਾ ਪਾਇਆ ਜਦੋਂ ਚੰਨ ਕਾਸਮ ਸੇਰਾ ਪਾਇਆ ਜਨਾਬੇ ਕਾਸਮ ਸੇਰਾ ਪਾਇਆ ਫੁੱਫੀਆਂ ਡਿੱਠਾ ਭੈਣਾਂ ਡਿੱਠਾ ਕਾਸਮ ਨੂੰ ਸੇਰਾ ਕਿਵੇਂ ਸਜਿਆ ਹੈ ਸ਼ੇਰ ਪੜ੍ਹਨਾ ਚਾਹੁੰਦਾ ਨੈਤ ਵਜੋ ਤੱਕ ਕੇ ਕਾਸਮ ਦੇ ਸੇਰੇ ਨੂੰ ਤੱਕ ਕੇ ਕਾਸਮ ਦੇਸੇਰੇ ਨੂੰ ਦਿੱਤੀਆਂ ਮੁਬਾਰਕਾਂ ਇੱਕ ਦੂਜੇ ਨੂੰ ਦਿੱਤੀਆਂ ਮੁਬਾਰਕਾਂ ਇੱਕ ਦੂਜੇ ਨੂੰ ਦੋਵਾਂ ਭੈਣ ਬਿਰਾਵਾ ਜਦੋਂ ਚੰਨ ਕਾਸਮ ਸੇਰਾ ਪਾਇਆ ਜਦੋਂ ਚੰਨ ਕਾਸਮ ਸੇਰਾ ਪਾਇਆ ਸਲਵਾਤ ਇੱਕ ਅਸਰਤ ਪੜ੍ਹਨਾ ਚਾਹੁੰਦਾ ਇਸੇ ਸ਼ਹਿਜ਼ਾਦੇ ਦੇ ਦੋ ਵਹਿਣ ਅਤੇ ਪੱਟੀ ਸਾਹਿਬ ਨੂੰ ਟਾਈਮ ਦੇਵਾਂ ਹਰ ਮਾਂ ਦੀ ਅਸਰਤ ਹੁੰਦੀ ਹੈ ਮੇਰਾ ਪੁੱਤਰ ਜਵਾਨੀ ਚੜ੍ਹੇ ਅਤੇ ਮੈਂ ਪੁੱਤਰ ਨੂੰ ਸਿਹਰੇ ਪਾਵਾਂ
ਇਹ ਮੈਂ ਇੱਕ ਕਸਰਤ ਪੜ੍ਹਨਾ ਚਾਹੁੰਦਾ। ਅੱਖ ਜਾਣੇ ਅਤੇ 1600 ਮੀਲ ਦੀ ਥੱਕੀ ਹੋਈ ਸੈਨ ਜਾਣੇ। ਜਦੋਂ ਜੰਜ ਜੜਦੀ ਏ ਬਨਰੇ ਦੀ, ਮੈਂ ਬਿਸਮਿਲਾ ਕਰਾਂ ਮੈਂ ਫਿਰ ਪਿਆ ਪੜਦਾ। ਜਦੋਂ ਜੰਜ ਜੜਦੀ ਏ ਬਨਰੇ ਦੀ ਤੇ ਮਾਂ ਚੁੰਮਦੀ ਏ ਸੇਰੇ ਪਾ ਕੇ, ਉਹਦੇ ਸਾਰੇ ਸ਼ਗਾਨ ਨਮਨੇ ਦੀਏ, ਘਰ ਰਿਸ਼ਤਾਦਾਰ ਬੁਲਾ ਕੇ ਰੋਵਣ ਵਾਲੇ ਉਹ ਪਰਨਾਇਆ ਪੁੱਤਰ ਕੂਨੋਂ ਹੈ ਦਰਦੀ ਤੇ ਜਦੋਂ ਵਿੱਚ ਘਰ ਬਲ ਦੇ ਜਾ ਕੇ ਮਾਂ ਲੱਭਦੀ ਰਹੀ ਆਥੇ ਗਾਣੇ ਵਾਲਾ ਹਰ ਲਾਸ਼ ਦਾ ਟੁਕੜਾ ਚੱਕ। ਮੈਂ ਬਿਸਮਿਲਾ ਕਰਾਂ, ਜਨਾਬੇ ਕਾਸਮ ਦਾ ਘੋੜਾ ਖੈਮੇ ਆਇਆ ਹੈ, ਕਾਸਮ ਘੋੜੇ ਦੇ ਕਰੀਬ ਆਇਆ ਹੈ, ਕਾਸਮ ਘੋੜੇ 'ਤੇ ਚੜ੍ਹਨ ਦਾ ਇਰਾਦਾ ਕੀਤਾ। ਮੌਲਾ ਹੁਸੈਨ ਦੀ ਨਿਗਾਹ ਪਈਏ, ਮੌਲਾ ਹੁਸੈਨ ਕਰੀਬ ਆ ਕੇ ਘੋੜੇ ਦੀਆਂ ਵਾਗਾਂ 'ਚ ਹੱਥ ਪਾਇਆ, ਕਾਸਮ ਦੇ ਪਾਸੇ ਵੇਖਿਆ ਨੇ, ਕਾਸਮ ਬਜੜਾ ਜੜਾ ਚਾਚਾ ਜੜਾ ਮਣਾਈ ਸਦਕੇ, ਕਾਸਮ ਮਾਦਾ ਚਾਚਾ ਵਾਗ ਛੋੜ ਦਿਓ, ਮੈਨੂੰ ਘੋੜੇ 'ਤੇ ਚੜਦਿਆਂ ਸ਼ਰਮ ਆਉਂਦੀ। ਮੌਲਾ ਹੁਸੈਨ ਦੀ ਆਵਾਜ਼ ਆਈਏ, ਕਾਸਮ ਅੱਜ ਕਾਸਮ ਬਣ ਕੇ ਨਹੀਂ, ਅੱਜ ਹਸਨ ਬਣ ਕੇ ਤੂੰ ਸਵਾਰੋ, ਮੈਂ ਤੈਨੂੰ ਸਵਾਰ ਕਰਾਵਾਂ। ਕਾਸਮ ਘੋੜੇ ਦੀ ਜ਼ੀਨ 'ਤੇ ਆਇਆ, ਇੱਥੇ ਸ਼ਹਿਰ ਦੀ ਮੰਦਰ ਕਸ਼ੀ ਹੋਈ ਹੈ, ਉਸ ਬੜਾ ਦਰਦਾਂ ਦਾ ਵੈਣ ਲਿਖਿਆ ਸ਼ਹਿਰਾ ਦਾ। ਜਦੋਂ ਕਾਸਮ ਚੜ੍ਹੇ ਆਏ ਓ ਘੋੜੇ 'ਤੇ, ਤੇ ਬਣ ਗਈ ਤਸਵੀਰ ਹਸਨ ਦੀ, ਰੋਵੀ ਆਇਆ ਯਾਦ ਜਨਾਜ਼ਾ ਹਾਏ ਵੀਰਨ ਦਾ, ਝੁਕੀ ਕਮਰ ਬਤੂਲ ਦੇ ਚੰਨ ਦੀ, ਤੇ ਆਇਆ ਯਾਦ ਅਬਾਸ ਕੋ ਸੁਰਖ ਕਫਨ ਤੇ ਥਈਏ ਹਾਲਤ ਖਸਤਾ ਤਨ ਦੀ, ਉਦੋਂ ਫਾਤਮਾ ਕੁਬਰਾ ਹਾਏ ਵੈਣ ਕੀਤਾ ਏ ਅਲੀ ਨਗਰੀ ਬਾਰੂ ਬੰਦ। ਮੌਲਾ ਹੁਸੈਨ ਕਾਸਮ ਦਾ ਮੂੰਹ ਚੁੰਮ ਕੇ ਆਉਂਦੇ ਨੇ, ਮੇਰਾ ਸੋਹਣਾ ਬਚੜਾ ਜਾ ਅੱਲਾ ਦੇ ਹਵਾਲੇ। ਸਾਰਾ ਮਜ਼ਮੂਨ ਛੋੜ ਕੇ ਦੋ ਵੈਣ ਪੜ੍ਹਨਾ ਚਾਹੁੰਦਾ। ਕਾਸਮ ਮੈਦਾਨ 'ਚ ਆਇਆ, ਪਹਿਲਾਂ ਐਡਾ ਸੋਹਣਾ ਅਮਲਾ ਕੀਤਾ, ਸਜੇ ਮੋਢੇ ਨਾਲੋਂ ਆਵਾਜ਼ ਆਈਏ ਸ਼ਬਾਸ਼। ਕਾਸਮ ਆਦਾ ਸ਼ਬਾਸ਼ ਦੇਣ ਵਾਲਾ ਮੈਨੂੰ ਕੌਣ ਹੈ,
ਓਲੇ ਓਲੇ ਆਵਾਜ਼ ਆਈਏ ਕਸਮ ਪਹਿਚਾਣ ਮੈਂ ਤੇਰਾ ਬਾਬਾ ਸੈਨਾ ਮੇਰਾ ਪੁੱਤਰ ਵੱਧ ਤੋਂ ਵੱਧ ਕੇ ਵਫਾ ਕਰੀ ਕਾਫੀ ਸਾਰੇ ਮਲਾਉਣ ਕਸਮ ਫਿਨਾਰ ਕੀਤੇ ਲੈਨ ਉਮਰ ਸਾਦ ਅੱਲਾ ਲਾਨਤ ਕਰੇਸ ਸਾਰੇ ਲਾਨਤ ਪਾਓ ਇਹਦੇ ਤੇ ਬੇਸ਼ੁਮਾਰ ਅੱਲਾ ਲਾਨਤ ਕਰੇਸ ਇੱਕ ਮਹੀਨਾ ਦੈਵੀ ਅਲੀ ਦਾ ਪੁੱਤਰ ਇਹਦੇ 'ਚ ਆਸ਼ਮੀਆਂ ਦਾ ਖੂਨ ਹੈ ਇੱਕ ਪਾਸੋਂ ਕਾਬੂ ਨਾ ਸੀ ਚੌਂ ਪਾਸੋਂ ਹਮਲਾ ਕਰ ਦਿਓ ਤਵੱਜੋ ਮੇਰੇ ਵਾਲੇ ਪਾਸੇ ਚੌਂ ਪਾਸੋਂ ਹਮਲਾ ਕਰ ਦਿਓ 4000 ਬੰਦੇ ਕਾਸਮ 'ਤੇ ਹਮਲਾ ਕੀਤਾ ਹੈ ਕਾਸਮ ਜ਼ੀਨ ਛੋੜੀਏ ਜ਼ੀਨ ਛੋੜਦੇ ਵੇਲੇ ਕਾਸਮ ਦੋ ਗੱਲਾਂ ਕੀਤੀਆਂ ਨੇ ਇੱਕ ਮਾਂ ਨਾਲ ਇੱਕ ਚਾਚੇ ਨਾਲ ਖੈਮਿਆਂ ਵਾਲੇ ਪਾਸੇ ਮੂੰਹ ਕਰਕੇ ਕਸਮ ਆਦਾ ਅੰਮਾ ਹੁਣ ਰਾਜ਼ੀ ਹੈ ਦੂਜੀ ਗੱਲ ਚਾਚੇ ਨਾਲ ਕਰਕੇ ਆਂਦਾ ਯਤੀਮ ਨਵਾਜ਼ ਯਤੀਮ ਸਮਝ ਕੇ ਤੇ ਜ਼ਰਾ ਲਾਸ਼ ਯਤੀਮ ਤੇ ਆਵੇ ਉਹ ਤੈਨੂੰ ਵਾਸਤੇ ਅਕਬਰ ਅਸਗਰ ਦਾ ਮੇਰੀ ਤਾਤ ਲਿਆਨਾ ਕਬਲਾਈ ਵਨ ਸਯਦਾ ਦਾ ਮੇਰੇ ਫਸ ਗਏ ਪੈਰ ਰਕਾਬਾਂ 'ਚ ਤੇ ਮੈਂ ਕੁਜ਼ੀਨ ਘੋੜੇ ਤੂੰ ਲਾਈ ਵੈ ਇੱਕ ਵਾਰੀ ਅਮੜੀ ਉਹ ਵੇਖ ਗਿਨੇ ਮੇਰੀ ਲਾਸ਼ ਖੈਮੇ ਪਹੁੰਚਾਈ ਵੈ ਮੌਲਾ ਹੁਸੈਨ ਪੁੱਤਰ ਦੀ ਲਾਸ਼ ਚਾ ਕੇ ਖੈਮੇ ਆਏ ਇੱਥਾਂ ਹੀ ਮੈਂ ਹੋਰ ਵੈਣ ਪੜ੍ਹਨਾ ਚਾਹੁੰਦਾ ਸਾਰਾ ਮਜ਼ਮੂਨ ਛੋੜ ਕੇ ਜਿਹੜਾ ਬੰਦਾ ਸ਼ੀਆ ਸ਼ੀਆਂ ਦੇ ਘਰ ਜੰਮਿਆ ਉਹ ਮਾਤਮ ਕਰ ਲੈ ਸੀ ਇੱਥਾਂ ਹੀ ਮੈਂ ਪੜ੍ਹਦਾ ਰਹਿਣਾ ਜੈ ਮਾਂ ਦਾ ਪੁੱਤਰ ਜਵਾਨ ਮਰੇ ਤੇ ਉਹ ਔਖੀ ਜੀਂਦੀਏ ਮਾਏ ਉਹ ਨਹੀਂ ਮੌਤ ਆਉਂਦੀ ਉਹਨੂੰ ਰੱਬ ਦੀ ਤਰਫੋਂ ਮੁੱਕ ਵੈਂਦੇ ਨੇ ਅਸਲੀ ਸਾਏ ਉਹ ਮੈਂ ਸਦਕ ਵਜਾਂ ਬੀਬੀ ਫਰਵਾ ਤੂੰ ਤੇ ਬੈਠੀ ਸੈਣ ਪੁੱਤਰ ਪਰਨਾਏ ਉਹ ਰੁਲਿਆ ਸੇਰਾ ਗਾਨਾ ਉਹ ਵਿੱਚ ਕਰ ਬਲ ਦੇ ਫਰਵਾ ਦੀਆ ਸਮਕਾ ਦੁਆ ਬਰਾਏ ਜ਼ਹੂਰੇ ਇਮਾਮ ਜ਼ਮਾਨਾ ਅਲੈਹਿ ਸਲਾਤੁ ਵਸਲਾਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਲਾਹੁਮਾ ਕੁੱਲੇ ਵਲੀ ਕਲ ਹੁਜਤ ਇਬਨ ਅਲ ਹਸਨ ਅਲੈਹਿ ਸਲਾਤੁ ਵਸਲਾਮ ਸਲਵਾਤੁਕਾ ਅਲੈਹਿ ਵਾਲਾ ਆਬਾਇਹਿ ਫੀ ਹਾਜ਼ੇ ਸਾਤ ਵਫੀ ਕੁੱਲੇ ਸਾਤ ਮਿਨ ਸਾਤ ਲੈਲ ਵ ਨਹਾਰ ਵਲੀਯਮ ਵਹਾਫਿਜ਼ਮ ਵਕਾਇਦਮ ਵਨਾਸਰਮ ਵਦਲੀਲਮ ਵਾਇਨਾ ਹਤਾ ਤੁਸਕੇ ਨਹੂ ਅਰਜ਼ਾ ਕਾ ਤੋਵਨ ਵਤੁਮਤਿਆਹੂ ਫੀ ਹਾ ਤਵੀਲਾ
ਬਿਸਮਿਲ੍ਲਾਹਿ ਰਹਿਮਾਨ ਰਹੀਮ ਰੱਬੇ ਸ਼ਰਾਹਲੀ ਸਦਰੀ ਵਯਸਰਲੀ ਅਮਰੀ ਵਾਹਲੁਲ ਉਕਦਤੁਮ ਮਿਨ ਲਿਸਾਨੀ ਯਫਕਾਹੂ ਕੌਲੀ ਰਹੀਮ ਅੱਲਾ ਕਰੀਮ ਅੱਲਾ ਚੌਦਾਂ ਦੀ ਇਜ਼ਤ ਅਜ਼ਮਤ ਦੇ ਸਦਕੇ ਔਲੀਆ ਦੇ ਸਦਕੇ ਔਸੀਆ ਦੇ ਸਦਕੇ 1,24,000 ਪੈਗੰਬਰ ਦੀ ਇੱਜ਼ਤ ਅਜ਼ਮਤ ਦੇ ਸਦਕੇ 72 ਸ਼ਹੁਦਾ ਦੀ ਇੱਜ਼ਤ ਅਜ਼ਮਤ ਦੇ ਸਦਕੇ ਇਮਾਮ ਹੁਸੈਨ ਬਾਦਸ਼ਾਹ ਦੇ ਵਤਨ ਛੋੜਨ ਦੇ ਸਦਕੇ ਮਾਲਿਕ ਅੱਲਾ ਤਮਾਮ ਦਾ ਟੂਰਾ ਜਾਂ ਮਨਜ਼ੂਰ ਮਕਬੂਲ ਫਰਮਾ ਮਾਲਿਕ ਅੱਲਾ ਇਹਨਾਂ ਦੇ ਕਦਮ ਕਦਮ ਦੇ ਬਦਲੇ ਹਜ਼ਾਰਾਂ ਹਜ਼ਾਰਾਂ ਗੁਨਾਹ ਮਾਫ ਫਰਮਾ ਮਾਲਿਕ ਅੱਲਾ ਇਹਨਾਂ ਦੇ ਨੇਕ ਦਿਲੀ ਹਾਜਾਤ ਮਨਜ਼ੂਰ ਮਕਬੂਲ ਫਰਮਾ ਮਾਲਿਕ ਅੱਲਾ ਅੱਜ ਦੀ ਰਾਤ ਦੇ ਸਦਕੇ ਜਿਤਨੇ ਮੂਮਿਨ ਤੰਗ ਦਸਤੀਨ ਤੰਗ ਦਸਤੀਆਂ ਦੂਰ ਫਰਮਾ ਜਿਤਨੇ ਮੂਮਿਨ ਬੇ ਔਲਾਦਿਨ ਸਹਿਬ ਔਲਾਦ ਫਰਮਾ ਜਿਤਨੇ ਮੂਮਿਨ ਬਿਮਾਰ ਇਨ ਇਮਾਮ ਸੱਜਾਦ ਬਾਦਸ਼ਾਹ ਦੇ ਦੁੱਖਾਂ ਤਕਲੀਫਾਂ ਦਾ ਸਦਕਾ ਮਾਲਿਕ ਮੁਕੰਮਲ ਸਿਹਤ ਅਤਾ ਫਰਮਾ ਮਾਲਿਕ ਅੱਲਾ ਪਰਦੇ ਦੇ ਅੰਦਰੋਂ ਮੇਰੇ ਮਾਵਾਂ ਅਤੇ ਭੈਣਾਂ ਦਾ ਪਾਕ ਬੀਬੀਆਂ ਦਾ ਟੂਰਾ ਜਾਂ ਮਨਜ਼ੂਰ ਮਕਬੂਲ ਫਰਮਾ ਮਾਲਿਕ ਅੱਲਾ ਇਹਨਾਂ ਤੱਕ ਕਈ ਕਮੀਨੇ ਦਾ ਮੁਹਤਾਜ ਨਾ ਬਣਾਵੇਂ ਮਾਲਿਕ ਅੱਲਾ ਉਹ ਜਹੀਂ ਉਹ ਵਿਹੜੇ ਸਦਾ ਸਲਾਮਤ ਰਹਿਣ ਜਿੱਥਾਂ ਮਜ਼ਲੂਮ ਕਰਬਲਾ ਦਾ ਜ਼ਿਕਰ ਹੁੰਦਾ ਹੈ ਮਾਲਿਕ ਅੱਲਾ ਇਹਨਾਂ ਦੇ ਘਰਾਂ 'ਤੇ ਕਰੋੜਾਂ ਹਰ ਰਹਿਮਤਾਂ ਦਾ ਨਜ਼ੂਲ ਅਤਾ ਫਰਮਾ ਮਾਲਿਕ ਅੱਲਾ ਸਾਡੇ ਵਾਰਿਸ ਇਮਾਮ ਜ਼ਮਾਨਾ ਬਾਦਸ਼ਾਹ ਦੇ ਜ਼ਹੂਰ ਵਿੱਚ ਤਾਜੀਲ ਫਰਮਾ ਸਾ ਕੋਈ ਇਸ ਕਾਬਿਲ ਬਣਾ ਸਾ ਸਰਕਾਰ ਦੀ ਨਲਾਈਨ 'ਤੇ ਬੋਸਾ ਦੇਵਣ ਦੇ ਕਾਬਿਲ ਹੋ ਸਕੂੰ ਮਾਲਿਕ ਅੱਲਾ ਸਾਰੀਆਂ ਦੁਆਵਾਂ ਕਰ ਕਬੂਲ ਬੇਹੱਕੇ ਮੁਹੰਮਦ ਅਲੀ ਓ ਬਤੂਲ ਯਕੀਨ ਮੌਕਮ ਹੈ ਸਾਰੀਆਂ ਦੁਆਵਾਂ ਕਬੂਲ ਇਨ ਸਾਰੀਆਂ ਦੁਆਵਾਂ ਦੀ ਕਬੂਲੀਅਤ ਵਾਸਤੇ ਬੁਲੰਦ ਤਰ ਸਲਵਾਤ ਬਿਲਖਸੂਸ ਦੁਆ ਮੰਗਸੋ ਸੈਯਦ ਆਰਿਫ ਹੁਸੈਨ ਸ਼ਾਹ ਬਿਰਾਦਰ ਸੈਯਦ ਸਜਾਦ ਹੁਸੈਨ ਸ਼ਾਹ ਬਿਰਾਦਰ ਸੈਯਦ ਜ਼ੁਲਫਕਾਰ ਹੁਸੈਨ ਸ਼ਾਹ ਬਿਰਾਦਰ ਸੈਯਦ ਇਮਦਾਦ ਹੁਸੈਨ ਸ਼ਾਹ ਮਾਲਿਕ ਇਹਨਾਂ ਕੋ ਸਿਹਤ ਓ ਸਲਾਮਤੀ ਅਤਾ ਫਰਮਾਵੇ ਮਾਲਿਕ ਅੱਲਾ ਅੱਜ ਦੀ ਰਾਤ ਦੇ ਸਦਕੇ ਇਹਨਾਂ ਬਿਰਾਵਾਂ ਦੇ ਜੋੜ ਸਲਾਮਤ ਰੱਖੇ ਬਿਲਖਸੂਸ ਬਈ ਦੁਆਏ ਸੈਯਦ ਇਮਾਮ ਅਲੀ ਸ਼ਾਹ ਔਰ ਸੈਯਦ ਕੈਸਰ ਹੁਸੈਨ ਸ਼ਾਹ ਸੈਯਦ ਜ਼ਾਕਿਰ ਹੁਸੈਨ ਸ਼ਾਹ ਕੋ ਮਾਲਿਕ ਆਲਾ ਇਲੀਯੀਨ ਵਿੱਚ ਮਕਾਮ ਅਤਾ ਫਰਮਾਵੇ ਮਾਲਿਕ ਅੱਲਾ ਇਹਨਾਂ ਦੇ ਦਰਜਾਤ ਬੁਲੰਦ ਫਰਮਾਵੇ ਸਗੀਰਾ ਓ ਕਬੀਰਾ ਗੁਨਾਹ ਮਾਫ ਫਰਮਾਵੇ ਇਜਾਜ਼ਤ ਹੋਵੇ ਤਾਂ ਮੈਂ ਗਰੀਬਾਂ ਦੀ ਗੁਰਬਤ ਪੜ੍ਹਾਂ 'ਚ ਸੀ ਉੱਠੀ ਆਓ ਕੋਈ ਪਤਾ ਨਹੀਂ ਜ਼ਿੰਦਗੀ ਦਾ ਅੱਜ 9 ਮੁਹਰਮ ਦੀ ਰਾਤ ਏ ਸਾਦਾਤ ਦੇ ਪਾਣੀ ਬੰਦ ਹਨ ਸਾਦਾਤ ਦੇ ਖੈਮੇ ਪਾਣੀ ਵਾਸਤੇ ਸਿੱਕਦੇ ਪੈਣ ਉਮੀਦ ਰੱਖਦਾ ਜਿਹੜੇ 2-4 ਵਹਿਣ ਕਰੇ ਸਾਂ ਨਿਆਜ਼ ਹੁਸੈਨ ਪੂਰੀ ਤਵੱਜੋ ਨਾਲ ਸੁਣ ਸੋ ਤੁਹਾਨੂੰ ਪਸੰਦ ਆ ਸਨ ਤੁਸੀਂ ਇੱਕ ਸੋਹਣੀ ਸਲਵਾਤ ਪੜ੍ਹੋ ਅਤੇ ਮੈਂ ਇਵੇਂ ਗਰੀਬਾਂ ਦੀ ਗੁਰਬਤ 'ਚ ਪੜ੍ਹਾਂ
ਸਿੱਧੂ ਹੁਸੈਨ ਦਾ ਖਤ ਗਿਣ ਕੇ ਸ਼ਹੀਦ ਦਰਵਾਜ਼ੇ ਤੇ ਆਏ, ਹੱਕਲ ਮਾਰ ਕੇ ਆਦੇ ਸ਼ਹੀਦ ਜਲਦੀ ਆ ਮੈਂ ਵਾਪਸ ਮੰਜਣਾ ਹੈ। ਸ਼ਹੀਦ ਆਪਣੇ ਦਰਵਾਜ਼ੇ ਤੂੰ ਬਾਹਰ ਆਏ, ਸ਼ਹੀਦ ਆਪਣੇ ਦਰਵਾਜ਼ੇ ਤੂੰ ਬਾਹਰ ਆਏ, ਸਾਹਮਣੇ ਪਈਏ ਸਨਿਗਾਹ ਆਦੇ ਅਬਦੇ ਖੁਦਾ ਮੈਂ ਕੁ ਦੱਸਾਂ ਤੂੰ ਕੌਣ ਹੈ, ਆਦੇ ਮੈਂ ਕੁ ਸੁਣਾਂ ਮੈਂ ਹੁਸੈਨ ਦਾ ਕਾਸਦ ਹਾਂ, ਆਦੇ ਕਿੱਥੋਂ ਪਿਆਂਦਾ ਹੈ, ਆਦੇ ਕਰਬਲਾ ਦੇ ਵਿੱਚੋਂ, ਆਦੇ ਮੈਂ ਦਾ ਤਾਂ ਹੁਸੈਨ ਮਦੀਨੇ ਦਾ ਵਸਦਾ ਹੈ ਤੂੰ ਕਰਬਲਾ ਚੋਂ ਕਿਉਂ ਪਿਆਂਦਾ ਹੈ, ਆਦੇ ਤੱਕ ਨਹੀਂ ਪਤਾ ਹੁਸੈਨ ਦੇ ਦੇਰੇ ਕਰਬਲਾ ਲੱਗੇ ਹੋਏ ਨੇ, ਹੁਸੈਨ ਦੇ ਦੇਰੇ ਕਰਬਲਾ ਲੱਗੇ ਹੋਏ, ਆਦੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਲਾਇਆ ਤੈਕੂ ਖਾਣਾ ਖਵਾਵਾਂ, ਲਾਇਆ ਤੈਕੂ ਪਾਣੀ ਪਿਲਵਾਵਾਂ, ਅਲਮ ਦੀ ਇੱਜ਼ਤ ਕਸਮੇ ਸਈਦ ਕੰਡ ਕਰਕੇ ਆਦੇ, ਖਾਣਾ ਨਾ ਖਾਂਦਾ ਪਾਣੀ ਨਾ ਪੀਂਦਾ ਤੈਂ ਕਰਬਲਾ ਦੇ ਭੁੱਖੇ ਤਸੇ ਡਿੱਠੇ ਜੋ ਨਹੀਂ, ਮੈਂ ਪਾਣੀ ਕਿਵੇਂ ਪੀਵਾਂ, ਅਕਬਰ ਦਾ ਬਾਬਾ ਤਸੈ ਆਲੀਆ ਸੈਣ ਤਸੀਏ ਮਾਸੂਮ ਤਸੈਨ, ਆਦੇ ਖਾਤਈ ਇਹ ਹੁਸੈਨ ਬਾਦਸ਼ਾਹ ਦਾ ਲਿਖਾ ਹੋਇਆ ਖਾਤੇ, ਸਈਦ ਮੈਂ ਹੱਥ ਵਧੈਨ ਜਾਨ ਸਰ ਝੁਕਾਏ, ਆਦੇ ਮੇਰੀ ਪੱਗ ਦੇ ਵਿੱਚ ਖਤ ਲਿਖਾ ਹੋਏ ਇਹ ਚਾਗਿਨ, ਆਦਮ ਮੈਂ ਕੋ ਹੱਥ ਨਾਲ ਚਾ ਕੇ ਦਿੱਤਾ ਉਹ ਵਿਆਸ ਜਾਨ ਰੋ ਕੇ ਆਦੇ, ਜੈ ਖਤ ਦੇ ਵਿੱਚ ਅਲੀ ਦੀਆਂ ਧੀਆਂ ਦੇ ਦਸਤ ਖਤੋਂ ਮੈਨ, ਉਹ ਖਤ ਕੋ ਮੇਰੀ ਜ਼ਰੂਰਤ ਨਹੀਂ ਜੋ ਮੈਂ ਹੱਥ ਲਾਵਾਂ, ਹਾਏ ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਖਤ ਗਿਣ ਕੇ ਟੁਰੇ ਸਈਦ ਅਜਾ ਦਰਵਾਜ਼ਾ ਅਬੂਰ ਨਸ ਕੀਤਾ, ਜੌਨ ਹੱਕਲ ਮਾਰ ਕੇ ਦੇ ਸਈਦ ਰੁਕਵਾਂ, ਅਬਾਸ ਮੌਲਾ ਦਾ ਪੈਗਾਮ ਸੁਣੀ ਵਾਂ, ਸਈਦ ਰੁਕੇ ਜੌਨ ਰੋ ਕੇ ਦੇ ਅਬਾਸ ਮੌਲਾ ਪਿਆ ਦਾ ਵੀ ਖਤ ਕੋ ਗਲੀਆਂ ਬਾਜ਼ਾਰਾਂ ਦੇ ਵਿੱਚ ਨਾ ਪੜੇ, ਈ ਖਤ ਦੇ ਵਿੱਚ ਅਲੀ ਦੀਆਂ ਧੀਆਂ ਦੇ ਦਸ ਖਤ ਆਏ ਨ, ਯਾਲ ਕਰੇ ਇਹ ਖਤ ਕੁਰਾਨ ਤੂੰ ਅਫਜ਼ਲ ਹੈ ਇਹਦਾ ਖਿਆਲ ਕਰੇ, ਖਤ ਗਿਣ ਕੇ ਜਨਾਬ ਸਈਦ ਬੁੱਢੜੀ ਮਾਂ ਦੇ ਕੋਲਾ ਬੈਠਾ ਹੈ, ਆਦੇ ਅੰਮਾ ਹੁਸੈਨ ਬਾਦਸ਼ਾਹ ਦਾ ਕਾਸਦਾ ਇਹ ਖਤ ਮੈਂ ਕੁੜੇ ਗਏ, ਬੀਬੀ ਖੁਸ਼ ਥਈਏ ਜੋ ਇਹੋ ਸਾਲ 18ਵੇਂ ਅਕਬਰ ਦੀ ਜਵਾਨੀ ਦਾ ਭਲਾ ਹੋਇਸ, ਸਾਕੂ ਨੌਕਰ ਸਮਝ ਕੇ ਖਤ ਲਿਖਾ ਇਸ ਸਹੀ ਦਿਮਾਗ ਰੋ ਕੇ ਆਦੇ ਮੇਰਾ ਸੋਹਣਾ ਬਚੜਾ ਮੈਂ ਤੇਰੀਆਂ ਭੈਣਾਂ ਕੁਸ ਦੇਂਦੀਆਂ, ਤੂੰ ਕੁਰਸੀ ਤੇ ਬਹਿ ਕੇ ਸਾਕੂ ਪੂਰਾ ਖਤ ਸੁਣਵਾ, ਅਸਾਂ ਮਿੱਟੀ ਤੇ ਬਹਿੰਦਿਆਂ ਸਈਦ ਕੁਰਸੀ ਤੇ ਬਹਿ ਗਏ,
ਭੈਣਾ ਮਾਂ ਮਿੱਟੀ ਤੇ ਬੈਠੀਆਂ। ਮੈਂ ਕੁਮਿੰਬਰ ਦੀ ਇੱਜ਼ਤ ਦੀ ਕਸਮ ਖਤ ਖੋਲੇ ਜੈ ਵੇਲੇ ਪਹਿਲੀ ਪਹਿਲੀ ਸੱਤਰ ਤੇ ਨਿਗਾਹ ਪਈ ਸਈਦ ਪੜਿਆ ਕਾਲੂ ਇੰਨਾ ਲੀਲਾ ਏਵਾ ਇੰਨਾ ਇਲਾ ਰਾਜਉਨ ਸਈਦ ਦੀ ਮਾਂ ਦੇ ਮੇਰਾ ਸੋਹਣਾ ਬੱਚੜਾ ਰੋਂਦਾ ਵੈਂਦਾ ਦੱਸੈਂਦਾ ਕੁਝ ਨਾ ਕਿਆ ਲਿਖਾ ਹੋਏ ਉਸ ਵੇਲੇ ਬੁੱਢੜੀ ਮਾਂ ਦੇ ਪਾਸ ਦੇ ਕੇ ਸਈਦ ਰੋ ਰੋ ਕੇ ਬੈਠਾ ਦੇ ਅੰਮਾ ਨਹੀਂ ਖਤ ਅਕਬਰ ਦੀ ਮਦਦ ਕਿਤੇ ਸਦਵੇਂ ਦਾ ਪਏ ਇਸਮਤ ਦਾ ਪਾਕ ਹਾਏ ਨਗੀ ਬਾਕੀ ਲੂ ਦੀਆਂ ਦਾ ਮਹਿਮਾਨ ਹੀ ਵੈਲ ਅਕਬਰ ਦਾ ਪਾਕ ਬਾਬਾ ਬਿਸਮਿਲਾ ਕਰਾਂ ਸਹੀ ਦਾਦਾ ਨਹੀਂ ਖਤ ਅਕਬਰ ਲਿਖ ਕੇ ਬੁਲਵੈਂਦਾ ਪਏ ਇਸਮਤ ਦਾ ਪਾਕ ਕਨਗੀ ਸਈਦਾ ਦਾ ਵਿੱਚ ਦਸ ਖਤ ਹਿਨਵਾ ਬੀਬੀਆਲੀ ਦੇ ਈ ਖਤ ਦਾ ਈ ਖਤ ਦੀਆਂ ਛੇਕੜੀ ਸਤਰਾਂ ਤੇ ਵੋ ਕੀਤੀ ਮੈਰੀ ਮਿੰਨਤ ਮਿੰਨਤ ਸਕੀ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਬਾਬਾ ਮੈਨੂੰ ਕਰਾਂ ਉਹ ਵਿੱਚ ਦਸ ਖਤ ਹਿਨਵਾ ਬੀਬੀ ਜ਼ੈਨਬ ਦੇ ਜਾਬ ਕਰੀਨਾ ਈ ਖਤ ਦੀਆਂ ਛੇਕੜੀ ਸਤਰਾਂ ਤੇ ਵੋ ਕੀਤੀ ਮੈਰੀ ਮਿੰਨਤ ਸੋਹਣਾ ਰੋ ਪਾਇਓ ਜਿਹੜੇ ਨਿਵੇਰੂ ਨੇ ਤੁਹਾਡੇ ਰੋਂਦਿਆਂ ਅੱਖੀ ਕੁਡੇਕ ਕੇ ਤੁਹਾਡੀ ਇਬਾਦਤ ਦੀ ਖਾਤਰ ਇੱਕ ਵੀ ਅਵੈਣ ਪੜ੍ਹਨਾ ਚਾਹੁੰਦਾ ਤਾਂ ਤੱਪੀਆ ਪੜ੍ਹਦਾ ਖਤ ਪੜ ਮਜ਼ਲੂਮ ਦੀ ਗੁਰਬਤ ਦਾ ਤੇ ਟੁਰਾ ਜਲਦੀ ਨਾਲ ਸਈਦ ਹੋ ਆਇਆ ਉਲੇ ਬੈਠਾ ਦਾ ਮੈਂ ਥੀ ਗਿਆ ਭੈ ਗੁਰਬਤ ਦਾ ਟੁਰਾ ਜਲਦੀ ਨਾਲ ਸਈਦ ਉਹ ਆਇਆ ਉਲੇ ਬੈਠਾ ਦਾ ਮੈਂ ਥੀ ਗਿਆ ਭੈਣ ਅੱਲਾ ਵਾਸਤੇ ਅਗਲੀ ਸੱਤਰ ਸੁਣੇ ਸਈਦਾ ਦਾ ਸਈਦ
ਤੇਰੇ ਰਸਤੇ ਦੋ ਮੇਰੇ ਤਰੇ ਭੈਣੀ ਆਏ ਦੀਦੀ ਬਿਸਮਿਲਾ ਕਰਨ ਦਾ ਮਿਲਾ ਕਰਨ ਮੈਂਬਰ ਦੀ ਇੱਜ਼ਤ ਦੀ ਕਸਮ ਸਈਦਾ ਦੇ ਅੰਮਾ ਦੁਆ ਕਰੇ ਮੈਂ ਹੁਸੈਨ ਦੀ ਮਦਦ ਵਾਸਤੇ ਵਹਿੰਦਾ ਸਈਦ ਦੀ ਮਾਂ ਦੀ ਮੇਰਾ ਬੇਟਾ ਤੇ ਘੁੰਮਣਾ ਨਾ ਕਰੇਂਦੀ ਤੇਰੀ ਰਾਤ ਦੀ ਪਰਨੀ ਹੋਈ ਬਨਰੀ ਬੈਠੀ ਹੈ ਉਹਦੇ ਹੁਜਰੇ ਲਗਾਵਾਂ ਤੇ ਕੋਈ ਇਜਾਜ਼ਤ ਦੇਵੇ ਤੂੰ ਜ਼ਰੂਰ ਲਗਾ ਵਣੇ ਪਹਿਲੇ ਤਾਂ ਮਿਹਨਤ ਪਈ ਕਰੇਨੀਆ ਜੇ ਉਹ ਨਾਲ ਵਣੇ ਉਕੂ ਨਾਲ ਗਿੱਧੀ ਜੁਲੇ ਉਕੂ ਰੋਕੇ ਨਹੀਂ ਅਲਮ ਦੀ ਜਦ ਕਸਮੇ ਸਈਦ ਟੁਰ ਪਈਏ ਆਪਣੇ ਹੁਜਰੇ ਦੇ ਅੰਦਰ ਡਿੱਠੇ ਬਨਰੀ ਨਾ ਪਲੰਘ ਤੇ ਹੈ ਨਾ ਚਾਰ ਪਈ ਤੇ ਹੈ ਮਿੰਬਰ ਦੀ ਇੱਜ਼ਤ ਦੀ ਕਸਮ ਮਿੱਟੀ ਤੇ ਬੈਠੀ ਰੋਂਦੀ ਆਈ ਲਕੀਰਾਂ ਮਾਰ ਕੇ ਰੋ ਰੋ ਕੇ ਬੈਠੀ ਆ ਦੇ ਜੇ ਆ ਗਈਆ ਤਾਂ ਮੈਂ ਜ਼ਰੂਰ ਆਸਾਂ ਸਈਦਾ ਦੇ ਮੈਂ ਕੁੜਾ ਸਾ ਕਹਿੰਦੇ ਨਾਲ ਗੱਲਾਂ ਬੈਠੀ ਕਰੇਂਦੀ ਹੈ ਸਈਦ ਦੀ ਬਨੀ ਰੋ ਕੇ ਆ ਦੀਏ ਮੈਂ ਪਲੰਘ ਤੇ ਸੁੱਤੀ ਹੋਈ ਹੈ ਮੈਂ ਡਿੱਠਾ ਹੈ ਇੱਕ ਕਾਲੇ ਬੁਰਕੇ ਵਾਲੀ ਬੀਬੀ ਹੈ ਜਿਹਦੇ ਮੱਥੇ ਤੇ ਮੱਤ ਪੱਟੀ ਮੌਤ ਦੀ ਬੱਤੀ ਹੋਈ ਹੈ ਮੇਰੇ ਅੱਗੋਂ ਹੱਥ ਜੋੜ ਕੇ ਆ ਦੇ ਸਈਦ ਦੀ ਬਨਰੀ ਸਈਦ ਕੋ ਜਲਦੀ ਭੇਜ ਮੇਰਾ ਪੁੱਤਰ ਲਾਜ਼ੇ ਦਾ ਮਹਿਮਾਨ ਹਾਏ ਮੇਰਾ ਬੱਚੜਾ ਲਾਜ਼ੇ ਦਾ ਮਹਿਮਾਨ ਸਈਦ ਦੀ ਬਨਰੀ ਆ ਦੀਏ ਸਈਦ ਤੁਝੇ ਮਦਦ ਵਾਸਤੇ ਵਹਿੰਦਾ ਪਏ ਤੂੰ ਹੁਸੈਨ ਤੂੰ ਕੁਰਬਾਨ ਥੀਵੇਂ ਮੈਂ ਅਲੀ ਦੀਆਂ ਧੀਆਂ ਦਰਲੇ ਸ਼ਾਮ ਵੈਸਾਂ ਹਾਏ ਮੈਂ ਅਲੀ ਦੀਆਂ ਧੀਆਂ ਦਰਲੇ ਸ਼ਾਮ ਵੈਸਾਂ ਅਲਮ ਦੀ ਇੱਜ਼ਤ ਦੀ ਕਸਮ ਸਈਦ ਘੋੜਾ ਤਿਆਰ ਕੀਤਾ ਬਨਰੀ ਕੁਬੇਲ ਬਹਿਸ ਘੋੜਾ ਦੌੜਾਈ ਆਉਂਦਾ ਸਈਦ ਸਫ਼ਰ ਆਉਂਦਾ ਕਰੇਂਦਾ ਅੱਲਾ ਜਾਣੇ ਸਈਦ ਦੇ ਮੈਂ ਡਿੱਠਾ ਹੈ ਨਾ ਆਸਮਾਨ ਤੇ ਬੱਦਲ ਹੈ ਨਾ ਬਾਰਿਸ਼ ਅੱਲਾ ਜਾਣੇ ਮੇਰੀ ਕੰਢ ਕਿਉਂ ਇਹਦੀ ਪੁੱਛਦੀ ਹੈ ਪਿੱਛਾ ਡਿੱਠਾ ਬਨਰੀ ਮੂੰਹ ਤੇ ਮਾਤਮਾਂ ਦੀ ਕਰੇਂਦੀ ਹੈ ਮੈਂ ਆਖਿਆ ਭੁੱਖੀਏ ਖਾਣਾ ਖਵਾਵਾਂ ਤੱਸੀਏ ਪਾਣੀ ਪਿਲਵਾਵਾਂ ਮੈਂ ਕੁਮਿੰਬਰ ਦੀ ਇੱਜ਼ਤ ਦੀ ਕਸਮ ਹੈ ਉਸ ਵੇਲੇ ਸਈਦ ਦੀ ਬਨਰੀ ਰੋ ਰੋ ਕੇ ਖੜੀ ਆ ਜੇ ਘੋੜਾ ਤੇਜ਼ ਭਜਾ ਪਿਆ ਕੁਸਦਾ ਹੈ ਅੱਜ ਇੱਕੋ ਚੰਨ ਜ਼ਹਰਾ ਦਾ ਵਦਾ ਹੋ ਕੇ ਦੇਂਦਾ ਹੈ ਗੁਰਬਤ ਦੇ ਵਿੱਚ ਬਣਦੇ ਪਿਓ ਸੁਗਰਾ ਦਾ ਘੋੜਾ ਤੇਜ਼ ਭਜਾ ਉਹ ਪੀਆ ਕੁਸਦਾ ਹੈ ਅੱਜ ਬਣਦੇ ਪਿਓ ਚੰਨ ਦੁਖੀਆ ਦਾ ਵਦਾ ਹੋ ਕੇ ਦੇ
ਗੁਰਬਤ ਦੇ ਵਿੱਚ ਬਣਦੇ ਪਿਓ ਸੁਗਰਾ ਦਾ ਸਯਦਾ ਦੇ ਪੈਵੈਣ ਸੁਣੀ ਦੇ ਓ ਬੀਬੀ ਆਲੀਆ ਦੇ ਪਿਆ ਦਿਲ ਮੈਦਾ ਖਬਰਾਂਦਾ ਮਤੇ ਨਾ ਹੋਵੇ ਸਾਡੇ ਪਹੁੰਚਣ ਤਾਈਂ ਲੁੱਟਦਾ ਜਵਨੇ ਕੁਬਰਾ ਦਾ ਮੈਂ ਕੁਲਮ ਦੀ ਜ਼ਦ ਕਸਮ ਸਈਦ ਜਲਦੀ ਦੇ ਨਾਲ ਕਰਬਲਾ ਦੇ ਚਟੀਅਲ ਮੈਦਾਨ ਦੇ ਵਿੱਚ ਪਹਿਲਾ ਕਦਮ ਰੱਖੇ ਘੋੜਾ ਲਈ ਦੀਦੀ ਦੇ ਖੈਮੇ ਦੇ ਨਾਲ ਉੱਪਿਆ ਗੁਜ਼ਰੇਂਦਾ ਹਾਂ ਜਾਂ ਘੋੜੇ ਦੇ ਟਾਪਾਂ ਦੀ ਆਵਾਜ਼ ਅਲੀ ਦੀਦੀ ਦੇ ਕੰਨਾਂ ਤੱਕ ਪਹੁੰਚਣ ਹਕਲ ਮਾਰ ਕੇ ਦੇ ਫਜ਼ਲ ਬਚੜਾ ਜਲਦੀ ਵਾਂ ਬਹਿਰੇ ਤੇਰਾ ਚਾਚਾ ਸਈਦ ਆ ਗਏ ਤੇਰਾ ਚਾਚਾ ਸਈਦ ਆ ਗਏ ਫਜ਼ਲ ਮੌਲਾ ਜਲਦੀ ਦੇ ਨਾਲ ਟੁਰੇ ਆ ਕੇ ਘੋੜੇ ਦੀ ਬਾਗ ਚ ਹੱਥ ਪਾਤੇ ਅਲਮ ਦੀ ਜ਼ਦ ਕਸਮ ਅਦਾ ਚਾਚਾ ਲਾਇਆ ਸਈਦ ਦੇ ਅੱਲਾ ਜਾਣੇ ਕੌਣ ਏ ਮੇਰੇ ਕਰਬਲਾ ਦੇ ਜੀ ਵਿੱਚ ਵਾਕਫ ਕੋਈ ਨਹੀਂ ਮੈਂ ਕੋ ਕੌਣ ਏ ਚਾਚਾ ਸੱਦਣ ਵਾਲਾ ਅਦਾ ਚਾਚਾ ਮੈਂ ਤੇ ਕੋ ਗਿਣਨ ਆਇਆ ਮੈਂ ਆਪਣੀ ਚਾਚੀ ਕੋ ਗਿਣਨ ਆਇਆ ਅਦਾ ਚਾਚੀ ਲਾਇਆ ਸਈਦ ਦੀ ਬਨਰੀ ਟੁਰ ਪਈ ਏ ਲਹਿ ਕੇ ਅਲੀ ਦੀਦੀ ਦੇ ਖੈਮੇ ਦੇ ਅੰਦਰ ਰਹੀਏ ਹੁਣ ਵਸਦਿਆਂ ਜਾਈ ਦੇ ਮੋਮਿਨ ਮਾਤਮੀ ਅਜ਼ਾਦਾਰ ਬੈਠੋ ਮਹਿਮਾਨ ਨਵਾਜ਼ ਬੈਠੋ ਜੈ ਵੇਲਾ ਸਈਦ ਦੀ ਬਨਰੀ ਅਲੀ ਦੀਦੀ ਦੇ ਖੈਮੇ ਦੇ ਅੰਦਰ ਰਹੀਏ ਅਲੀ ਦੀਦੀ ਆਸਮਾਨ ਦੇ ਪਾਸੇ ਡਿੱਠਾ ਹੈ ਅੱਜ ਮੇਰਾ ਅੱਲਾ ਸਾਡੇ ਤੇ ਕਿਹੜੀ ਗਰੀਬੀ ਹੈ ਮਹਿਮਾਨ ਆ ਗਏ ਸਾਡੇ ਘਰ ਪਾਣੀ ਕੋਈ ਨਹੀਂ ਮਹਿਮਾਨ ਆ ਗਏ ਸਾਡੇ ਘਰ ਪਾਣੀ ਕੋਈ ਨਹੀਂ ਸਈਦ ਦੀ ਬਨਰੀ ਕੁਹਾਂ ਦੇ ਨਾਲ ਲੈ ਆਲੀ ਹਸੈਨ ਹੱਥ ਨਾਪ ਕੇ ਟੁਰ ਪਈ ਹੈ ਸਈਦ ਦੀ ਬਨਰੀ ਅੱਜ ਮੈਂ ਕੁ ਦੱਸੋ ਮੈਂ ਕੁ ਕਿਨ ਗਿਣਵੈਂਦੇ ਹੋ ਅੱਜ ਮੈਂ ਤੱਕ ਆਪਣੇ ਲੈਦਾ ਖੈਮੇ ਦੇ ਵਿੱਚ ਗਿਣਵੈਂਦੀ ਅੱਜ ਮੈਂ ਆਈ ਤਾਂ ਹੁਣੇ ਹਾਂ ਕਿਆ ਮੇਰੇ ਵਾਸਤੇ ਨਵੇਕਲਾ ਖੈਮਾ ਬਣਾਏ ਨੇ ਬੀਬੀ ਅੱਜ ਹਾਂ ਇਹ ਮੈਦਾਨ ਸ਼ੇਰੀਆਂ ਵਾਲਿਆਂ ਦਾ ਦੁਸ਼ਮਣ ਹੈ ਅੱਗੇ ਕਾਸਮ ਦੀ ਬਨਰੀ ਕਾਸਮ ਕੋ ਬੈਠੀ ਰੋਂਦੀ ਹੈ ਤੂੰ ਥੋੜ੍ਹੀ ਦੇਰ ਬਾਅਦ ਸਈਦ ਕੋ ਰੋਵੇਂ ਤੂੰ ਥੋੜ੍ਹੀ ਦੇਰ ਬਾਅਦ ਸਈਦ ਕੋ ਰੋਵੇਂ ਇੱਥਾਂ ਇਹ ਮੰਜ਼ਰ ਉਹਨੂੰ ਜਨਾਬੇ ਸਈਦ ਘੋੜਾ ਦੌੜਾਏ ਉੱਥਾਂ ਆਏ ਜਿੱਥੇ ਕਬਜ਼ਾ ਏ ਤਲਵਾਰ ਦੀ ਨੋਕ 'ਤੇ ਮੱਥਾ ਰੱਖ ਕੇ ਹਲਮਿਨ ਨਾਸਰ ਯਨ ਸੁਰਨਾ ਦੀਆਂ ਹਕਲਾਂ ਬੈਠਾ ਦੇਂਦਾ ਹੁਸੈਨ ਕੋਲਾ ਖੜਾ ਹੈ ਅਦੇ ਕਾਇਨਾਤ ਦੇ ਜ਼ੁਲਮ ਦਾ ਨਿਸ਼ਾਨਾ ਮੇਰਾ ਸਲਾਮ ਹੋਵੀ ਹੁਸੈਨ ਰੋ ਕੇ ਅਦੇ ਸਈਦ ਆ ਗਏ ਅਦੇ ਹਾ ਮੌਲਾ ਅਦੇ ਮੌਲਾ ਮੇਰੇ ਦਾ ਪੀਆਂ ਮੈਂ ਕੁੱਤੇ ਦੇ ਮਸਲਾਂ ਦਾ ਬਚੜਾ ਨਜ਼ਰ ਨਹੀਂ ਪਿਆਂਦਾ ਮੈਂ ਕੁ ਦੱਸੋ ਉਹ ਸ਼ਹਿਜ਼ਾਦਾ ਕਿਨ ਗਏ ਜੇ ਕੁ ਅੱਜ ਸਿਹਰੇ ਪਾਵਣੇ ਹਨ ਮਿੰਬਰ ਦੀ ਇੱਜ਼ਤ ਕਸਮੇ ਹੁਸੈਨ ਰਜੁਰਨੇ ਸਈਦ ਪਸਰੇ ਕੇ ਰੋ ਰੋ ਕੇ ਬੈਠਾ ਦੇ ਸਈਦ ਭਿਰਾ ਮੈਂ ਅਕਬਰ ਕੋ ਉਹ ਜਦੋਂ ਸਿਹਰੇ ਪੈਂਦਾਰੀਆਂ ਉਹ ਪੱਗ ਬੱਧਣ ਤੂੰ ਪਹਿਲੇ ਉਹ ਮੈਂ ਕੁ ਭੇਣੀ ਦੱਸਿਆ ਤੇਰੇ ਰਾਹ ਦੋ ਦੇ ਦਾਰੀਆ ਸਯਦਾ ਦਾ ਹੈ ਨਾ ਲੱਖ ਕਾਤਲ ਹੱਸ
احمد حوصلہ دیکھ او میں باد اکبر دیکھ کی میں ہن تئی جیندا اللہ لعنت اللہ قوم ظالمین وسیل منین